उस टाइम की गल करदा, उस टाइम साडे देश की 30% जनता जिहड़ी सी ਉਹ ਖਾਣਾ ਢਾਬਿਆਂ ਤੇ ਖਾਂਦੀ ਸੀ। ਹਾਂਜੀ ਹਾਂਜੀ। ਅੱਜ ਸਾਡੇ ਦੇਸ਼ ਦੀ 80% ਜਨਤਾ ਢਾਬਿਆਂ ਤੇ ਖਾਂਦੀ ਹੈ। ਹਾਂਜੀ ਹਾਂਜੀ। ਘਰਾਂ 'ਚ ਵੀ ਖਾਣਾ ਬਾਹਰੋਂ ਆਉਂਦਾ ਆਰਡਰ ਕਰਕੇ। ਬਾਹਰੋਂ ਆਉਂਦਾ ਬਿਲਕੁਲ। ਠੀਕ ਹੋ ਗਈ। ਔਰ ਜਦੋਂ ਤੱਕ ਮੈਡਮ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਊਗੀ, ਜਦੋਂ ਤੱਕ ਜੀ ਲੋਕੀ ਬਾਹਰ ਜਾਂਦੇ ਸੀ ਮਾਰਨਿੰਗ 'ਚ ਉੱਠ ਕੇ ਟਾਇਲਟ ਵਾਸਤੇ, ਹਾਂਜੀ ਹਾਂਜੀ, ਖੇਤਾਂ 'ਚ ਜਾਂਦੇ ਸੀ ਪੈਰਾਂ ਭਾਰ ਬੈਠਦੇ ਸੀ, ਹੈਨਾ, ਤੇ ਉਦੋਂ ਤੱਕ ਤੁਸੀਂ ਦੇਖੋ ਵੀ ਕਿਸੇ ਦੇ ਗੋਡਿਆਂ ਦੀ ਗਰੀਸ ਤਾਂ ਮੁੱਕੀ ਨਹੀਂ, ਉਦੋਂ ਤੱਕ ਕੋਈ ਆਪਰੇਸ਼ਨ ਥੀਏਟਰ ਨਹੀਂ ਬਣੇ ਵੀ ਗੋਡਿਆਂ ਦੇ ਆਪਰੇਸ਼ਨ ਹੋ ਰਹੇ ਨੇ।